ਦੇਖੋ ਜੀ, ਆਮ ਆਦਮੀ ਪਾਰਟੀ ਤੇ ਲੋਕਾਂ ਨੂੰ ਪੂਰਾ ਭਰੋਸਾ ਹੈ। ਪਿਛਲੇ 2 ਸਾਲਾਂ ਤੋਂ ਵੀ ਸਰਕਾਰ ਕੰਮ ਕਰ ਰਹੀ ਹੈ, ਮੁੱਖ ਮੰਤਰੀ ਸਾਹਿਬ ਦਿਨ ਰਾਤ ਮਿਹਨਤ ਕਰ ਰਹੇ ਨੇ, ਸੋ ਕੰਮ ਨਿਰੰਤਰ ਚੱਲ ਰਹੇ ਨੇ ਜੀ। ਆਪਾਂ ਬਿਜਲੀ ਦੀ ਗੱਲ ਕਰ ਲਈਏ, ਐਜੂਕੇਸ਼ਨ ਦੀ, ਹੈਲਥ ਦੀ, ਇਨਫਰਾਸਟ੍ਰਕਚਰ ਦੀ, ਜੇ ਆਪਾਂ ਨੌਕਰੀਆਂ ਦੀ ਗੱਲ ਕਰ ਰਹੀਏ, ਸਾਰਾ ਕੰਮ ਸਰਕਾਰ ਕਰ ਰਹੀ ਹੈ। ਲੋਕਾਂ ਦਾ ਪੂਰਾ ਵਿਸ਼ਵਾਸ ਹੈ ਕਿ ਇਸ ਵਾਰ ਜਲੰਧਰ ਦੇ ਵੈਸਟ ਦੇ ਲੋਕ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਜਿਤਾ ਕੇ ਭੇਜਣਗੇ ਸਾਡੀ ਪੂਰੀ। ਸ਼ੀਤਲ ਉਗਰਾਲ ਨੇ ਅਸਤੀਫਾ ਦੇ ਦਿਆ, ਉਸਕੇ ਬਾਅਦ ਫਿਰ ਚੁਣਾਵ ਆ ਗਏ, ਕਿਉਂਕਿ ਪਿਛਲੀ ਵਾਰ ਜਬ ਆਮ ਆਦਮੀ ਪਾਰਟੀ ਸੇ ਸ਼ੀਤਲ ਉਗਰਾਲ ਲੜੇ ਥੇ ਤੋ ਲੋਗੋਂ ਨੇ ਜਿਤਾਇਆ ਥਾ, ਇਸ ਬਾਰ ਕਿਆ ਲੱਗ ਰਿਹਾ ਹੈ ਕਿ ਲੋਕਾਂ ਦਾ ਕੈਸਾ ਸਾਥ? ਲੋਕਾਂ ਦਾ ਬਹੁਤ ਨਿੱਘਾ ਸਵਾਗਤ ਕਰ ਰਹੇ ਨੇ, ਬਹੁਤ ਖੁਸ਼ ਨੇ। ਉਹਦਾ ਲੋਕ ਤਾਂ ਕਹਿ ਰਹੇ ਨੇ ਵੀ ਸਾਨੂੰ ਜਲਦੀ ਪਤਾ ਲੱਗ ਗਿਆ ਕਿ ਜਿੱਦੇ ਪੁਰਾਣੇ ਸੀਗੇ MLA, ਉਹਨਾਂ ਨੇ ਕੋਈ ਕੰਮ ਨਹੀਂ ਕਰਾਇਆ। ਸਾਡੇ ਕੋਲ ਇੱਕ ਮੌਕਾ ਹੈ, ਵਧੀਆ ਆਪਣੇ ਕੈਂਡੀਡੇਟ ਨੂੰ ਚੁਣੀਏ ਤੇ ਜਿਹੜਾ ਲੋਕਲ ਗਰਾਊਂਡ ਤੇ ਕੰਮ ਕਰਾ ਸਕੇ। ਕੱਲ MP ਕੰਗ ਨੇ ਵੀ ਬੋਲਾ ਹੈ ਕਿ ਜੋ ਇਨਕੇ ਭਾਈ ਔਰ ਸ਼ੀਤਲ ਸੀ, ਉਹ ਦੋਨੋਂ ਜੋ ਲੋਕਾਂ ਨੂੰ ਠੱਗਦੇ ਥੇ, ਪੈਸੇ ਲੇਤੇ ਥੇ, ਉਨ ਪਰ ਮਾਮਲਾ ਦਰਜ ਕਰਵਾਏਗੇ। ਇੱਕ ਆਡੀਓ ਵੀ ਵਾਇਰਲ ਹੋਈ ਹੈ ਜਿਸ ਨੇ ਕਿਸੇ ਕੋ ਗਾਲੀਆਂ ਦਿੱਤੇ ਦਿਖਾਈ ਦਿੱਤੀ। ਦੇਖੋ ਜੀ, ਬਹੁਤ ਮੰਦਭਾਗੀ ਘਟਨਾ ਕਿ ਇੰਨੀ ਮਾੜੀ ਸੋਚ ਤੇ ਮਾਲਕ ਨੇ ਉਹ ਇਹਨਾਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ। ਪਰ ਲੋਕ ਬਹੁਤ ਸਿਆਣੇ ਨੇ, ਜਿਹੜੇ ਪਰੇਸ਼ਾਨ ਕਰ ਰਹੇ ਨੇ ਉਹਨਾਂ ਨੂੰ ਜ਼ਰੂਰ ਲੋਕ ਸਬਕ ਸਿਖਾਉਣਗੇ ਤੇ ਵੋਟਾਂ ਨਾਲ ਆਪਦਾ ਬਦਲਾ ਲੈਣਗੇ ਲੋਕ। ਸਾਨੂੰ ਲੋਕਾਂ ਨਾਲ ਵਿਚਰ ਰਹੇ ਹੋ, ਲੋਕ ਕੀ ਕਹਿ ਰਹੇ? ਲੋਕ ਬਹੁਤ ਖੁਸ਼ ਨੇ, ਤੁਸੀਂ ਆਪ ਦੇਖੋ ਜੀ, ਆਪ ਮੁਹਾਰੇ ਪ੍ਰੋਗਰਾਮਸ ਕਰਾ ਰਹੇ ਨੇ, ਲੋਕ ਆਸ ਕਰਕੇ ਉਮੀਦ ਕਰਕੇ ਬੈਠੇ ਨੇ, ਲੰਬਾ ਸਮਾਂ ਇੰਤਜ਼ਾਰ ਵੀ ਕਰਦੇ ਨੇ, ਅਸੀਂ ਕਈ ਵਾਰ ਲੇਟ ਵੀ ਹੋ ਜਾਂਦੇ ਆ, ਪਰ ਲੋਕਾਂ ਦਾ ਬਹੁਤ ਪਿਆਰ ਹੈ ਜੀ, ਬਹੁਤ। ਚੁਣਾਵ ਪ੍ਰਚਾਰ ਆਪ ਕਰ ਰਹੇ ਹੈ ਕਿ ਆਪਕੀ ਵੀ ਰਾਜਨੀਤੀ ਮੇਂ ਐਂਟਰੀ ਹੋਈ? ਅਰੇ ਨਹੀਂ, ਐਸਾ ਆਈ ਡੋਨਟ ਹੈਵ ਐਨੀ ਸੱਚ ਪਲਾਨਸ ਰਾਈਟ ਨਾਓ। ਥੈਂਕ ਯੂ। ਅੱਛਾ, ਅਗਰ ਬਾਤ ਕੀਜੀਏ ਲੋਕ ਸਭਾ ਚੁਣਾਵ ਕੀ, ਲੋਕ ਸਭਾ ਚੁਣਾਵ ਮੇਂ ਇਸ ਵਾਰ ਕਾਂਗਰਸ ਨੇ ਸੀਟ ਨਿਕਾਲੀ ਥੀ, ਕਿਉਂਕਿ ਅਬ ਕਾਂਗਰਸ ਵੀ ਹੈ ਔਰ ਇੱਕ ਤਰਫ ਬੀਜੇਪੀ ਹੈ, ਤੋ ਐਸੇ ਮੇਂ ਕੈਸੇ ਰੁਝਾਨ ਕੈਸੇ ਦੇਖਦੇ? ਦੇਖੋ ਜੀ, ਰੁਝਾਨ ਆਮ ਆਦਮੀ ਪਾਰਟੀ ਦੇ ਹੱਕ ਚ ਆਉਣਗੇ, ਬਾਕੀ ਮਿਹਨਤ ਕਰਨਾ ਸਾਰਿਆਂ ਦਾ ਕੰਮ ਹੈ, ਉਹ ਵੀ ਆਪਦਾ ਲੱਗੇ ਹੋਏ ਨੇ ਪ੍ਰਚਾਰ ਕਰਨ, ਅਸੀਂ ਆਪ ਵੀ ਮਿਹਨਤ ਕਰ ਰਹੇ ਹਾਂ, ਮਿਹਨਤ ਨੂੰ ਪਰਮਾਤਮਾ ਰੰਗ ਜ਼ਰੂਰ ਲਿਆਏਗਾ, ਸਾਨੂੰ ਪੂਰੀ ਆਸ ਹੈ। ਸਰਕਾਰਯੋਗ ਆਮ ਆਦਮੀ ਪਾਰਟੀ ਦੇ MLA ਸਾਹਿਬਾਨ, ਵਰਕਰ ਸਾਹਿਬਾਨ, ਵਲੰਟੀਅਰ ਸਾਹਿਬਾਨ, ਮੇਰੇ ਬਜ਼ੁਰਗ ਮਾਵਾਂ, ਭੈਣਾਂ, ਵੀਰ, ਆਓ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਪਾਂ ਜਿੱਥੇ ਇਕੱਠੇ ਹੋਏ ਹਾਂ, ਜਿਹੜਾ ਇੱਕ ਬਾਈ ਇਲੈਕਸ਼ਨ ਦਾ ਭਾਰ ਹੈ ਉਹ ਜਲੰਧਰ ਵੈਸਟ ਦੇ ਲੋਕਾਂ ਤੇ ਪੈ ਗਿਆ, ਜਿਹੜਾ ਪੈਣਾ ਨਹੀਂ ਸੀ ਚਾਹੀਦਾ ਜੇ ਆਪਣੇ ਨੁਮਾਇੰਦੇ ਕਿਤੇ ਚੰਗੇ ਨਿਕਲ ਆਉਂਦੇ। ਅਸੀਂ ਮਾਫ਼ੀ ਵੀ ਮੰਗਦੇ ਹਾਂ ਤੁਹਾਡੇ ਤੋਂ ਕਿ ਸਾਡੇ ਤੋਂ ਬੰਦਾ ਪਰਖਣ ਚ ਗਲਤੀ ਹੋਊਗੀ, ਇਨਸਾਨ ਆ, ਗਲਤੀਆਂ ਦਾ ਪੁਤਲਾ ਹੈ, ਕਈ ਵਾਰ ਸਾਨੂੰ ਵੀ ਪਤਾ ਨਹੀਂ ਲੱਗਦਾ ਕਿ ਬੰਦੇ ਦੇ ਮਨ ਚ ਕੀ ਹੈ। ਜੇ ਆਪਾਂ ਉਹਨਾਂ ਦੀ ਗੱਲ ਕਰ ਲਈਏ ਤੇ ਮੈਨੂੰ ਲੱਗਦਾ ਸੇਵਾ ਭਾਵਨਾ, ਲੋਕ ਸੇਵਾ ਤਾਂ ਉਹਨਾਂ ਦੇ ਮਨ ਚ ਸੀਗੀ ਹੀ ਨਹੀਂ, ਉਹਨਾਂ ਦਾ ਏਜੰਡਾ ਕੁਛ ਹੋਰ ਹੀ ਸੀਗਾ। ਆਪਦਾ ਲਾਲਚ, ਲੋਭ ਜਦੋਂ ਬੰਦੇ ਤੇ ਭਾਰੀ ਪੈ ਜਾਂਦਾ ਹੈ ਤੇ ਬੰਦੇ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ, ਬੰਦਾ ਸੋਚਣ ਸਮਝਣ ਜੋਗਾ ਰਹਿੰਦਾ ਹੀ ਨਹੀਂ। ਉਹਨੂੰ ਇੰਨਾ ਨਹੀਂ ਯਾਦ ਰਹਿੰਦਾ ਕਿ ਜਿਹੜੇ ਲੋਕਾਂ ਨੇ ਚੁਣ ਕੇ ਉਹਨੂੰ MLA ਬਣਾਇਆ, ਜਿਹੜੇ ਲੋਕਾਂ ਨੇ ਇੰਨਾ ਮਾਣ ਬਖਸ਼ਿਆ ਉਹ ਥੱਲੇ ਵੀ ਲਾ ਸਕਦੇ ਨੇ। ਤੁਹਾਡੀ ਵੋਟ ਚ ਇੰਨੀ ਤਾਕਤ ਹੈ ਕਿ ਤੁਸੀਂ ਬੰਦੇ ਨੂੰ MLA, MP, ਮੰਤਰੀ ਬਣਾ ਵੀ ਸਕਦੇ ਹੋ ਤੇ ਉਹਨੂੰ ਲਾ ਵੀ ਸਕਦੇ ਹੋ। ਜੇ ਅਸੀਂ ਵੋਟਾਂ ਮੰਗਣ ਆਉਂਦੇ ਹਾਂ ਤੁਹਾਡੇ ਤੋਂ ਤੇ ਤੁਹਾਡੇ ਕੰਮ ਕਰਾਉਣ ਵੀ ਆਉਣਾ ਚਾਹੀਦਾ। ਜਿਹੜਾ ਲੀਡਰ ਤੁਹਾਡੇ ਤੋਂ ਵੋਟ ਮੰਗ ਕੇ ਜਾਂਦਾ ਉਹਨੂੰ ਕਿਹਾ ਕਰੋ ਵੀ ਸਾਡੇ ਵਿੱਚ ਵਿਚਰਨਾ ਵੀ ਆ। ਜੇ ਅਸੀਂ ਅੱਜ ਤੁਹਾਡੇ ਰੂਬਰੂ ਹੋਏ ਹਾਂ ਤੇ ਪਹਿਲਾਂ ਜਲੰਧਰ ਘਰ ਲੈ ਕੇ ਇੱਥੇ ਸ਼ਿਫਟ ਹੋ ਗਏ ਤਾਂ ਤੁਹਾਡੇ ਵਿੱਚ ਵਿਚਰੇ ਹਾਂ। ਜਿਹੜੇ ਵੋਟ ਦੀ ਤਾਕਤ ਹੈ ਤੁਸੀਂ ਚੰਗੀ ਤਰ੍ਹਾਂ ਸੋਚ ਸਮਝ ਕੇ ਆਪਦੀ ਵੋਟ ਪਾ ਕੇ ਆਇਓ। ਸਾਰੇ ਮੇਰੇ ਵੀਰ ਸੂਝਵਾਨ ਨੇ, ਭੈਣਾਂ ਸੂਝਵਾਨ ਨੇ, ਪੜ੍ਹੇ ਲਿਖਿਆ ਵਰਗ ਹੈ ਸਾਰਾ,
ਵੋਟ ਕਦੇ ਵਿਅਰਥ ਨਾ ਗਵਾਇਓ, ਕਦੇ ਇਹ ਨਾ ਸੋਚਿਓ ਕਿ ਹਤਾਸ਼ ਹੋ ਕੇ ਆਪਾਂ ਵੋਟ ਨਹੀਂ ਪਾਉਣੀ, ਕਿ ਆਪਾਂ ਬਥੇਰੇ ਲੀਡਰ ਦੇਖ ਲਏ। ਤੁਸੀਂ ਇੱਕ ਵਾਰ ਭਗਤ ਜੀ ਤੇ ਭਰੋਸਾ ਕਰਕੇ ਦੇਖੋ। ਮੈਨੂੰ ਲੱਗਦਾ ਹੈ ਕਿ ਮੇਰੇ ਤੋਂ ਜ਼ਿਆਦਾ ਭਗਤ ਪਰਿਵਾਰ ਨੂੰ ਤੁਸੀਂ ਸਾਰੇ ਜਾਣਦੇ ਹੋ, ਜ਼ਿਆਦਾ ਤੁਸੀਂ ਨੇੜੇ ਉਹਨਾਂ ਨੂੰ ਦੇਖਿਆ, ਪਰਖਿਆ ਇਹਨਾਂ ਦੇ ਪਰਿਵਾਰ ਨੂੰ। ਜਿੱਥੇ ਵੀ ਜਾਂਦੇ ਹਾਂ ਸਾਰੇ ਸਿਫਤਾਂ ਦੇ ਪੁੱਲ ਬਣਦੇ ਨੇ। ਹਰੇਕ ਬੰਦਾ ਕਹਿੰਦਾ ਕਿ ਅਸੀਂ ਇਹੋ ਜਿਹੇ ਇਮਾਨਦਾਰ ਤੇ ਸ਼ਰੀਫ ਕੈਂਡੀਡੇਟ ਨੂੰ ਜਿਤਾ ਕੇ ਭੇਜਣਾ, ਕਿਉਂਕਿ ਜਿੱਦਾਂ ਉਹਨਾਂ ਦੇ ਪਿਤਾ ਜੀ ਨੇ ਵੀ ਜਲੰਧਰ ਵੈਸਟ ਦੀ ਪਹਿਲਾਂ ਸੇਵਾ ਨਿਭਾਈ ਹੈ, ਉਸੇ ਤਰੀਕੇ ਮਹਿੰਦਰ ਭਗਤ ਜੀ ਵੀ ਹੁਣ ਸੇਵਾ ਜਿਹੜੀ ਜਲੰਧਰ ਵੈਸਟ ਦੇ ਨਿਭਾਉਣਗੇ। ਸਾਨੂੰ ਪੂਰਾ ਮਾਣ ਹੈ, ਵਿਸ਼ਵਾਸ ਹੈ, ਤੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਜੇ ਤੁਸੀਂ ਵੋਟ ਪਾਉਣ ਜਾਓਗੇ ਤੇ ਆਪਦੇ ਬੱਚਿਆਂ ਦੇ ਭਵਿੱਖ ਨੂੰ ਯਾਦ ਰੱਖਦਿਆਂ ਵੋਟ ਪਾਇਓ। ਇੱਕ ਮਿੰਟ, ਆਪਦੇ ਬੱਚਿਆਂ ਦੇ ਭਵਿੱਖ ਨੂੰ ਯਾਦ ਰੱਖ ਕੇ ਵੋਟ ਪਾਇਓ। ਜਿਹੜੀ ਸਰਕਾਰ ਤੁਹਾਡੇ ਲਈ ਵਧੀਆ ਐਜੂਕੇਸ਼ਨ ਲੈ ਕੇ ਆਈ ਹੈ ਉਹਦੇ ਲਈ ਵੋਟ ਪਾਇਓ, ਵਧੀਆ ਹੈਲਥ ਇਨਫਰਾਸਟ੍ਰਕਚਰ ਆਇਆ ਉਹਦੇ ਲਈ ਵੋਟ ਪਾਇਓ, ਜਿਹੜੀ ਸਰਕਾਰ ਬੱਚਿਆਂ ਨੂੰ ਰੁਜ਼ਗਾਰ ਦੇ ਰਹੀ ਹੈ, ਜਿਹੜੀ ਸਰਕਾਰ ਨੇ 43,000 ਨੌਕਰੀਆਂ ਵੰਡੀਆਂ ਨੇ ਉਹਨੂੰ ਵੋਟ ਪਾ ਕੇ ਆਇਓ। ਤੁਸੀਂ ਆਪਦੀ ਵੋਟ ਬਿਜਲੀ ਨੂੰ ਦੇਖ ਕੇ ਪਾ ਕੇ ਆਇਓ। ਅੱਜ ਮੈਨੂੰ ਲੱਗਦਾ 90% ਘਰਾਂ ਦੇ ਬਿੱਲ ਆ ਜਿਹੜੇ ਉਹ ਜ਼ੀਰੋ ਆ ਰਹੇ ਨੇ। ਤੁਸੀਂ ਸਾਰੇ ਮੇਰੇ ਨਾਲ ਸਮਰਥ ਹੋਵੋਗੇ, ਤੁਸੀਂ ਸਾਰੇ ਜਿਨ੍ਹਾਂ ਦੇ ਕੋਲ ਵੀ ਮੈਂ ਜਾਣੀ ਆ, ਹਰੇਕ ਬੰਦਾ ਇਹੀ ਕਹਿੰਦਾ ਕਿ ਬਿੱਲ ਨਹੀਂ ਆ ਰਹੇ, ਜ਼ੀਰੋ ਬਿੱਲ ਆ ਰਿਹਾ। ਸੋ ਇਹ ਗੱਲਾਂ ਤੁਸੀਂ ਯਾਦ ਰੱਖ ਕੇ ਵੋਟ ਪਾ ਕੇ ਆਇਓ ਤੇ ਆਪਦੀ ਵੋਟ ਜ਼ਰੂਰ ਪਾਇਓ, ਪੋਲਿੰਗ ਜ਼ਰੂਰ ਕਰਿਓ। ਗਰਮੀ ਬਹੁਤ ਹੈ ਪਰ ਆਪਦੀ ਇੱਕ ਘੰਟਾ ਗਰਮੀ ਝੱਲ ਕੇ ਵੋਟ ਜ਼ਰੂਰ ਪਾ ਕੇ ਆਇਓ, ਵੋਟ ਗਵਾਇਓ ਨਾ ਆਪਦੀ। ਬਹੁਤ ਆਪਾਂ ਨੂੰ ਸ਼ਹੀਦੀਆਂ ਕੁਰਬਾਨੀਆਂ ਕਰਕੇ ਆਪਾਂ ਨੂੰ ਹੱਕ ਮਿਲਿਆ, ਵੋਟਰ ਕਾਰਡ ਮਿਲਿਆ, ਉਹਦਾ ਜ਼ਰੂਰ ਤੁਸੀਂ ਵੱਧ ਤੋਂ ਵੱਧ ਇਸਤੇਮਾਲ ਕਰਿਓ। ਤੇ ਅਸੀਂ ਪਰਿਵਾਰ ਵਾਂਗ ਤੁਹਾਡੇ ਨਾਲ ਵਾਅਦਾ ਕਰਕੇ ਜਾਂਦੇ ਹਾਂ ਕਿ ਅਸੀਂ ਤੁਹਾਡੇ ਵਿੱਚ ਵਿਚਰਦੇ ਰਹਾਂਗੇ, ਆਉਂਦੇ ਰਹਾਂਗੇ। ਕਦੇ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ। ਤੁਹਾਡਾ ਜਿੰਨਾ ਵੀ ਸੁੱਖਾਂ ਦੁੱਖਾਂ 'ਚ ਹਿੱਸਾ ਹੋ ਸਕਦਾ ਅਸੀਂ ਪਾਵਾਂਗੇ। ਜਿੰਨੇ ਵੀ ਕੋਈ ਧਾਰਮਿਕ ਸਮਾਜਿਕ ਫੰਕਸ਼ਨ ਹੋਣਗੇ ਤੁਹਾਡੇ, ਉਹਨਾਂ 'ਚ ਵੀ ਵਿਚਰਾਂਗੇ। ਤੁਹਾਨੂੰ ਸਾਡੇ ਪਰਿਵਾਰ ਤੱਕ ਕੋਈ ਵੀ ਕੰਮ ਹੋਇਆ, ਸਾਡਾ ਘਰ ਬਿਲਕੁਲ ਤੁਹਾਡੇ, ਮੈਨੂੰ ਲੱਗਦਾ 10-15 ਮਿੰਟ ਦਾ ਰਸਤਾ ਇੱਥੋਂ, ਜਦ ਮਰਜ਼ੀ ਆ ਕੇ ਸਾਡਾ ਬੂਹਾ ਖੜਕਾ ਲਿਓ, ਅਸੀਂ ਤੁਹਾਡੇ ਲਈ ਹਮੇਸ਼ਾ ਸੇਵਾ 'ਚ ਹਾਜ਼ਰ ਰਹਾਂਗੇ।